ਬਿਲਕੁਲ ਕਿਸਾਨਾਂ ਦੇ ਖਿਲਾਫ ਹੋ ਕੇ ਔਰ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਕੇ ਜਦੋਂ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੀ, ਦੇਖੋ ਜ਼ਮੀਨ ਦੇ ਨਾਲ ਹੀ ਜ਼ਿਮੀਦਾਰ ਹੈ ਉਹਨਾਂ ਨੂੰ ਆਏ ਆ ਵੀ ਪਹਿਲਾਂ ਉਹਨਾਂ ਨੇ NRC ਪਾਸ ਕੀਤਾ, ਠੀਕ ਹੈ, ਉਹਨਾਂ ਨੇ ਪੰਜਾਬੀ ਭਾਸ਼ਾ ਰਾਜਸਥਾਨ 'ਚੋਂ ਖਤਮ ਕਰਤੀ ਅਤੇ 370 ਧਾਰਾ ਖਤਮ ਕਰਤੀ, ਕੋਈ ਮੋਦੀ ਸਰਕਾਰ ਦਾ ਪੁਤਲਾ ਫੂਕ ਰਹੇ ਨੇ ਜੋ ਮੋਦੀ ਨੇ ਕਾਲੇ ਕਾਨੂੰਨ ਕਰੇ ਨੇ ਇਹ ਸਾਰੇ ਗਲਤ ਨੇ, ਕੋਈ ਸਹੀ ਨਹੀਂ ਹੈਗਾ। ਅਸੀਂ ਕਾਲੇ ਕਾਨੂੰਨ ਨੂੰ ਰੱਦ ਕਰਾ ਕੇ ਫਿਰ ਅਸੀਂ ਦਿੱਲੀ 'ਚ ਉੱਠਾਂਗੇ, ਉਹਨਾਂ ਚਿਰ ਅਸੀਂ ਦਿੱਲੀ 'ਚੋਂ ਉੱਠਣਾ ਨਹੀਂ ਹੈਗਾ। ਉੱਠਦੇ ਨਹੀਂ ਹੈਗੇ, ਸਾਨੂੰ ਕੋਈ ਉਮੀਦ ਨਹੀਂ ਹੈਗੀ ਮੋਦੀ ਚੁੱਕਰ, ਜਦੋਂ ਉਮੀਦ ਹੋਊਗੀ ਅਸੀਂ ਉਹਨੂੰ ਆਪੇ ਦੱਸਾਂਗੇ। ਲੰਬਾ ਜਾ ਸਕਦਾ ਸੰਘਰਸ਼? ਹਾਂ, 6 ਮਹੀਨੇ ਦਾ ਸਾਡੇ ਰਾਸ਼ਨ ਲੈ ਕੇ ਗਏ ਨੇ। ਦਿੱਲੀ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ, ਉੱਥੇ ਹੀ ਕਾਲੇ ਕਾਨੂੰਨ ਨੂੰ ਵਾਪਸ ਕਰਨ ਦੀ ਮੰਗ ਵੀ ਰੱਖੀ ਗਈ ਹੈ। ਉੱਥੇ ਹੀ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਅਰਥੀ ਫੂਕੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਅਤੇ ਨਾਲ ਹੀ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਮੋਦੀ, ਅੰਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕਿਆ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੋਂ ਕਿਸਾਨੀ ਬਿੱਲ ਵਾਪਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਏਦਾਂ ਹੀ ਜਾਰੀ ਰਹੇਗਾ। ਧਰਨੇ ਵਿੱਚ ਭਾਰੀ ਸੰਖਿਆ ਵਿੱਚ ਬੀਬੀਆਂ ਤੇ ਬੱਚਿਆਂ ਨੇ ਹਿੱਸਾ ਲਿਆ। ਉਹਨਾਂ ਤੋਂ ਅਰਬਾਂ ਖਰਬਾਂ ਰੁਪਈਏ ਇਹ ਇਲੈਕਸ਼ਨ ਫੰਡ ਲੈਂਦੇ ਨੇ ਔਰ ਹੁਣ ਉਹ ਬੰਦੇ ਇਹਨਾਂ ਤੋਂ ਉਹਦਾ ਜਿਹੜਾ ਮੁਆਵਜ਼ਾ ਮੰਗ ਰਹੇ ਨੇ, ਇਸ ਕਰਕੇ ਇਹ ਹੁਣ ਉਹਨਾਂ ਦਾ ਜਿਹੜਾ ਮੁੱਲ ਤਾਰਨ ਵਾਸਤੇ ਦੇਸ਼ ਦੇ ਅੰਦਰ ਤਿੰਨ ਉਹਨਾਂ ਸੜਕਾਂ 'ਤੇ ਰੋਲਤਾ, ਕਿਉਂਕਿ ਇਹ ਕਦੇ ਵੀ ਜਿਹੜਾ ਵਪਾਰੀ ਬੰਦਾ ਉਹਦੇ ਦਾ ਆਪਣਾ ਪ੍ਰੋਫਿਟ ਦੇਖਣਾ ਹੁੰਦਾ, ਉਹਨੇ ਇਹ ਨਹੀਂ ਦੇਖਣਾ ਵੀ ਕਿਸੇ ਤੋਂ ਕੋਈ ਨੁਕਸਾਨ ਹੁੰਦਾ ਜਾਂ। ਇਸ ਕਰਕੇ ਜਿਹੜੀ ਮੋਦੀ ਸਰਕਾਰ ਹੈ ਇਹ ਤਾਂ ਬਿਲਕੁਲ ਕਿਸਾਨਾਂ ਦੇ ਖਿਲਾਫ ਹੋ ਕੇ ਔਰ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਕੇ, ਜਦੋਂ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੀ, ਦੇਖੋ ਜ਼ਮੀਨ ਦੇ ਨਾਲ ਹੀ ਜ਼ਿਮੀਦਾਰ ਹੈ, ਅਤੇ ਜ਼ਮੀਨ ਹੈ ਨਹੀਂ ਤਾਂ ਕੁਛ ਨਹੀਂ ਹੋਣਾ। ਇੱਥੇ ਜ਼ਿਮੀਦਾਰਾਂ ਨੂੰ ਸਾਗ ਲੈਣ ਵਾਸਤੇ ਵੀ, ਗਾਜਰਾਂ ਮੂਲੀਆਂ ਸ਼ਲਗਮ ਲੈਣ ਵਾਸਤੇ ਵੀ ਅੰਡਾਨੀਆਂ ਦੇ ਸਟੋਰਾਂ 'ਤੇ ਜਾਣਾ ਪਿਆ ਕਰੂ। ਆਪਾਂ ਨਾਭੇ ਦੇਖਦੇ ਹਾਂ, ਮੋਰ ਸਟੋਰ ਦੇ ਵਿੱਚ 40 ਰੁਪਏ ਦੀ ਇਕੱਲੀ ਛੱਲੀ ਮਿਲਦੀ ਹੈ। ਆਪਾਂ ਕਿਸੇ ਵੀ ਜ਼ਿਮੀਦਾਰ ਦੇ ਵਿੱਚ ਘਰੋਂ ਖੇਤੋਂ ਜਦੋਂ ਮਰਜ਼ੀ ਛੱਲੀ ਤੋੜ ਸਕਦੇ ਹਾਂ, ਜਿਹਦੇ ਖੇਤੀ ਹੈ ਹੀ ਨਹੀਂ ਉਹ ਵੀ ਛੱਲੀਆਂ ਗੰਨੇ ਲੈ ਸਕਦਾ। ਪਰ ਹੁਣ ਕੀ ਹੋਣਾ, ਲਿਫਾਫਿਆਂ ਦੇ ਵਿੱਚ ਪਾ ਪਾ ਕੇ ਗੰਡੇਰੀਆਂ ਮਿਲਣਗੀਆਂ। ਆਪਾਂ ਦੇਖਦੇ ਹਾਂ 700-700 ਰੁਪਏ ਕਿਲੋ ਲੈ ਕੇ ਜਿਹੜੀ ਮੱਕੀ ਹੈ ਉਹ ਅਡਾਨੀ ਦੇ ਸ਼ੋਅਰੂਮ 'ਚ 100 ਰੁਪਏ ਦਾ 1 ਕਿਲੋ ਵਿਕ ਰਹੀ ਹੈ। ਲੇਕਿਨ ਮੋਦੀ ਸਰਕਾਰ ਬਿਲਕੁਲ ਵਿਕੀ ਪਈ ਹੈ ਅਡਾਨੀ ਅੰਬਾਨੀ ਕੋਲ, ਇਹ ਕਰਕੇ ਉਹਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਹੋ ਰਿਹਾ। ਪਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸਮੁੱਚੀ ਦੁਨੀਆ ਨੂੰ ਭਾਰਤ ਨੂੰ ਤਾਂ ਇਹਨਾਂ ਰਸਤਾ ਦਿਖਾਇਆ, ਇਸ ਟਾਈਮ ਸਮੁੱਚੇ ਵਰਲਡ ਦੇ ਵਿੱਚ ਇਹਦੀ ਸ਼ਲਾਘਾ ਹੋ ਰਹੀ ਹੈ। ਵੱਖੋ ਵੱਖਰੇ ਦੇਸ਼ਾਂ ਦੀਆਂ ਪਾਰਲੀਮੈਂਟਾਂ, ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ ਵਿੱਚ ਆ ਰਹੇ ਨੇ। ਅਸੀਂ ਦਿਨ ਰਾਤ ਇੱਕ ਕਰ ਦਾਂਗੇ, ਜਿਹੜੇ ਵੀ ਸਾਡੇ ਸਾਥੀ ਉੱਥੇ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਅਸੀਂ ਪੂਰਾ ਧਿਆਨ ਰੱਖਾਂਗੇ। ਕਿਸੇ ਵੀ ਕਿਸੇ ਨੂੰ ਖੇਤੀ ਦੀ ਪ੍ਰੋਬਲਮ ਆਉਂਦੀ ਹੈ, ਘਰੇਲੂ ਪ੍ਰੋਬਲਮ ਆਉਂਦੀ ਹੈ, ਕੋਈ ਦਵਾਈ ਬੂਟੀ ਦੀ ਪ੍ਰੋਬਲਮ ਆਉਂਦੀ ਹੈ, ਅਸੀਂ ਉਹਨਾਂ ਦੇ ਨਾਲ ਹਾਂ। ਸਾਡੇ ਕੋਲ ਲਿਸਟਾਂ ਬੜੀਆਂ ਪਈਆਂ ਨੇ, ਜਦੋਂ ਸਾਨੂੰ ਪਰੋਸਣੇ ਆਊਗਾ ਅਸੀਂ ਅਗਲਾ ਬੈਚ ਜਿਹੜਾ ਦਿੱਲੀ ਵਾਸਤੇ। ਦੇਖੋ ਜੀ, ਇਹ ਅਜੇ ਲਮਕਾਉਣਗੇ ਲੱਗਦਾ, ਕਿਉਂਕਿ ਇਹਨਾਂ ਦੀ ਨੀਤ ਅਤੇ ਨੀਤੀ ਦੋਨੋਂ ਹੀ ਖਰਾਬ ਨੇ। ਇਹ ਜਿਵੇਂ ਕਹਿੰਦੇ ਛਿੱਤਰ ਦਾ ਜਿਹੜਾ ਪੀਰ ਹੈ ਉਹ ਜਦ ਜਲਦੀ ਨਹੀਂ ਮੰਨਦਾ ਹੁੰਦਾ, ਮੈਨੂੰ ਨਹੀਂ ਲੱਗਦਾ ਅੱਜ ਕੁਝ ਕਰਨਗੇ। ਪਰ ਇਹ ਗੱਲ ਹੈ ਕਿ ਜਿੱਦਾਂ ਇਹਨਾਂ ਦੀ ਘੰਟੀ ਸਾਹ ਆ ਪਿਆ,
ਇਹਨਾਂ ਕੋਲ ਹੋਰ ਵੀ ਹੱਲ ਨਹੀਂ ਹੋਣਾ, ਇਹਨਾਂ ਨੂੰ ਕਦੇ ਨਾ ਕਦੇ ਦੇਰ ਸਵੇਰ ਜਿਹੜੇ ਕਾਨੂੰਨ ਵਾਪਸ ਕਰਨੇ ਪੈਣੇ ਆ, ਨਹੀਂ ਤਾਂ ਮੋਦੀ ਸਰਕਾਰ ਕਿਸੇ ਵੀ ਟਾਈਮ ਖਤਮ ਹੋ ਸਕਦੀ। ਜਦੋਂ ਅਮੈਂਡਮੈਂਟ ਕਰੂ ਇਹਨਾਂ ਨੇ ਸਰਕਾਰ ਲੋਕਾਂ ਨੂੰ ਫਿਰ ਭੁਲੇਖੇ ਵਿੱਚ ਰੱਖਣਾ, ਇਹਨਾਂ ਨੇ ਬਾਬੂਆਂ ਦੇ ਇਹੋ ਜਿਹੇ ਵਿੱਚ ਘੁਣਤਰਾਂ ਇਹੋ ਜਿਹੇ ਵਿੱਚ ਅੱਖਰ ਪਾਉਣੇ ਆ ਜਿਹੜੇ ਕਿ ਅਖੀਰ 'ਚ ਸਾਡੇ ਵਾਸਤੇ ਨੁਕਸਾਨਦੇਹ ਹੋਣੇ ਆ। ਅਮੈਂਡਮੈਂਟ ਇਸ ਕਰਕੇ ਸਾਨੂੰ ਜਥੇਬੰਦੀ ਕਹਿੰਦੇ ਵੀ ਹੁਣ ਜਦੋਂ ਕੋਈ ਇੱਕ ਵਾਰੀ ਹਥਿਆਰ ਚੱਕ ਹੀ ਲਏ ਤਾਂ ਵੀ ਕਿਉਂ ਨਾ ਆਪਾਂ ਫਿਰ ਇਹ ਤਾਂ ਜੇ ਇਰਾਦੇ ਹੋਣ ਤਾਂ ਫਾਇਦਾ ਨਹੀਂ, ਸਰਕਾਰ ਨੇ ਲੋਕਾਂ ਨੂੰ ਗਦੀ ਗੇੜ 'ਚ ਪਾਉਣਾ। ਅੰਤ ਦੇ ਵਿੱਚ ਇਹਨਾਂ ਨੇ ਕਿਸਾਨ ਨੂੰ ਖਤਮ ਕਰਨ ਵਾਸਤੇ ਜਿਹੜੀ ਸਰਕਾਰ ਹੈ ਪੂਰਾ ਉਹ ਆਪਣਾ ਲਾਸਟ ਸਾਡੀ ਜਿਹੜੀ ਹੈ ਮੀਟਿੰਗ ਲਾਸਟ ਹੋ ਗਈ, ਉਸ ਤੋਂ ਬਾਅਦ ਜਿਹੜਾ ਝਗੜਾ ਤੇਜ਼ ਕੀਤਾ ਜਾਊਗਾ। ਦੇਖੋ ਜੀ ਹੁਣ ਬੰਦਾ ਮਰਦਾ ਕੀ ਨਾ ਕਰਦਾ, ਕੀ ਕਰੂੰਗਾ, ਕੋਈ ਹੱਦ ਹੁੰਦੀ ਹੈ। ਉਹਨਾਂ ਨੂੰ ਆਇਆ ਵੀ ਪਹਿਲਾਂ ਉਹਨਾਂ ਨੇ NRC ਪਾਸ ਕੀਤਾ, ਠੀਕ ਹੈ, ਇਹਨਾਂ ਨੇ ਪੰਜਾਬੀ ਭਾਸ਼ਾ ਰਾਜਸਥਾਨ 'ਚੋਂ ਖਤਮ ਕਰਤੀ ਅਤੇ 370 ਧਾਰਾ ਖਤਮ ਕਰਤੀ, ਕੋਈ ਬੋਲਿਆ ਨਹੀਂ। ਉਹਨਾਂ ਨੂੰ ਕਿਹਾ ਵੀ ਸ਼ਾਇਦ ਸਾਰੀ ਇਹੋ ਜਿਹੀ, ਪਰ ਇਹਨਾਂ ਦਾ ਪੰਗਾ ਲੈ ਲਿਆ ਪੰਜਾਬੀਆਂ ਦੇ ਨਾਲ। ਉਹ ਜਿਵੇਂ ਪੁਰਾਣੇ ਸਮੇਂ 'ਚ ਗਾਣਾ ਚੱਲਦਾ ਜੀ, ਪੁੱਠਾ ਪੰਗਾ ਲੈ ਲਿਆ ਦਿੱਲੀਏ, ਇਹਨਾਂ ਜੱਟਾਂ ਦੇ ਨਾਲ ਪੰਗਾ ਪਾ ਕੇ, ਉਹ ਗੱਲ ਉਹਨੇ ਹੁਣ ਪੁੱਠਾ ਪੰਗਾ ਲੈ ਲਿਆ ਅਤੇ ਦੇਖੋ ਹੁਣ ਕੀ ਬਣਦਾ। ਅਤੇ ਮੈਨੂੰ ਲੱਗਦਾ ਵੀ ਮੋਦੀ ਸਾਹਿਬ ਨੂੰ ਜੋ ਮਰਜ਼ੀ ਹੋ ਜੇ ਉਹਨੂੰ ਝੁਕਣਾ ਪਊਗਾ, ਨਹੀਂ ਪੰਜਾਬੀਆਂ ਨੇ ਅੱਜ ਤੱਕ ਕੋਈ ਜਿਹੜਾ ਮੋਰਚਾ ਜਿੱਤਿਆ ਇਹ ਛੱਡਿਆ ਨਹੀਂ ਹਜੇ ਤੱਕ। ਬਿਨਾਂ ਦਿੱਲੀ ਫਿਰ ਇੱਕ ਵਾਰੀ 20 ਵਾਰੀ ਦਿੱਲੀ ਪੰਜਾਬੀ ਜਿੱਤ ਕੇ ਵਾਪਸ ਆਉਣੇ। ਕਦੇ ਨਹੀਂ ਦੇਖਣਾ ਅਸੀਂ ਕਾਲਾ ਕਾਨੂੰਨ ਵਾਪਸ ਲੈਣਾ ਚਾਹੁੰਦੇ ਹਾਂ, ਇਹ ਜਿਹੜੇ ਸਾਡੇ ਬੱਚਿਆਂ ਨੂੰ ਤੰਗ ਕਰਦਾ, ਅਸੀਂ ਉਹ ਕਰਦੇ ਹਾਂ ਬਹੁਤ ਗਲਾਫਾਂ ਤੋਂ। 70 ਸਾਲ ਦੀ ਤੁਹਾਡੀ ਉਮਰ ਹੋ ਗਈ, ਤੁਸੀਂ ਪਹਿਲਾਂ ਇਸ ਤਰ੍ਹਾਂ ਦਾ ਦੇਖਿਆ ਵੀ ਪ੍ਰੋਟੈਸਟ ਇਸ ਤਰ੍ਹਾਂ ਦਾ? ਨਾ ਨਾ ਜੀ, ਕੋਈ ਨਹੀਂ ਦੇਖਿਆ, ਐਡੀ ਉਮਰ ਹੋ ਗਈ ਅਸੀਂ ਕੋਈ ਨਹੀਂ ਅਜਿਹਾ ਪ੍ਰੋਟੈਸਟ ਦੇਖਿਆ। ਹਾਂ, ਇਹਨੇ ਜਿੱਤ ਕੇ ਸਾਨੂੰ ਕੀ ਵਫਾ ਕਰੇ ਮੋਦੀ ਜ਼ਮੀਨ ਹੋ ਗਏ। ਹਾਂ ਹਾਂ ਜੀ, ਹੋਰਾਂ ਨੂੰ ਦੇਣਾ ਚਾਹ ਰਹੇ ਵੀ ਸਾਨੂੰ ਫਿਰ ਉਹਦਾ ਕੀ ਉਹ ਲਾਭ ਹੋਇਆ, ਵੋਟਾਂ ਪਾਈਆਂ ਦਾ, ਵੋਟਾਂ ਲੈ ਕੇ ਉਹ ਜਦ ਮੁੱਕਰਿਆ ਬੇਈਮਾਨ ਹੋ ਗਿਆ, ਅਸੀਂ ਦੱਸੋ ਉਹਦਾ ਕਿਵੇਂ ਗੁਣਗਾਵਾਂਗੇ ਦੱਸੋ। ਤਿਆਰੀ ਦਿੱਲੀ ਜਾਣ ਦੀ, ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਨਾ ਚਿਰ ਅਸੀਂ ਦਿੱਲੀ ਜਾਵਾਂਗੇ, ਬੱਚੇ ਵੀ ਜਾਣਗੇ, ਬਜ਼ੁਰਗ ਵੀ ਜਾਵਾਂਗੇ, ਅਸੀਂ ਧਰਨਿਆਂ 'ਤੇ ਬੈਠਾਂਗੇ। ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਅਸੀਂ ਮੋਦੀ ਸਰਕਾਰ ਦੇ ਪਰ ਖਿਲਾਫ ਹਾਂ। ਜੋ ਮੋਦੀ ਨੇ ਕਾਲੇ ਕਾਨੂੰਨ ਕਰੇ ਨੇ ਇਹ ਸਾਰੇ ਗਲਤ ਨੇ, ਕੋਈ ਸਹੀ ਨਹੀਂ ਹੈਗਾ। ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਫਿਰ ਅਸੀਂ ਦਿੱਲੀ 'ਚ ਉੱਠਾਂਗੇ, ਉਨਾ ਚਿਰ ਅਸੀਂ ਦਿੱਲੀ 'ਚੋਂ ਉੱਠਣਾ ਨਹੀਂ ਹੈਗਾ। ਤੁਹਾਨੂੰ ਕੀ ਲੱਗਦਾ ਜਿਹੜੀ ਅੱਜ ਮੀਟਿੰਗ ਚੱਲ ਰਹੀ ਆ ਕਿਸਾਨਾਂ ਦੇ ਹੱਕ 'ਚ ਆਊਗਾ ਫੈਸਲਾ? ਕੋਈ ਹਜੇ ਕੋਈ ਇਹ ਤਾਂ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਿਰਕਦੀ ਹੈਗੀ, ਇਹ ਹੱਕਾਂ ਲਈ ਤਾਂ ਸਾਡੇ ਜਦੋਂ ਪੂਰੇ ਹੱਕ ਸਾਨੂੰ ਦੇਊਗਾ ਅਸੀਂ ਉਦੋਂ ਸਹਿਮਤ ਮੋਦੀ ਨਾਲ। ਜਿੰਨਾ ਚਿਰ ਸਾਡੇ ਹੱਕ ਨਹੀਂ ਦਿੰਦਾ ਉਨਾ ਚਿਰ ਅਸੀਂ ਧਰਨੇ ਤੋਂ ਉੱਠਦੇ ਨਹੀਂ ਹੈਗੇ, ਸਾਨੂੰ ਕੋਈ ਉਮੀਦ ਨਹੀਂ ਹੈਗੀ ਮੋਦੀ ਤੁਕਰ, ਜਦੋਂ ਉਮੀਦ ਹੋਊਗੀ ਅਸੀਂ ਤੁਹਾਨੂੰ ਆਪੇ ਦੱਸਾਂਗੇ। ਲੰਬਾ ਜਾ ਸਕਦਾ ਸੰਘਰਸ਼? ਹਾਂ, 6 ਮਹੀਨੇ ਦਾ ਸਾਡੇ ਰਾਸ਼ਨ ਲੈ ਕੇ ਗਏ ਨੇ ਅਸੀਂ, ਉਨਾ ਚਿਰ ਅਸੀਂ ਹੋਰ ਬਚਾਵਾਂਗੇ। ਸਾਡੇ ਮਾਤਾ ਬਜ਼ੁਰਗ ਸਾਰੇ ਜਾਣਗੇ ਇਕੱਠੇ ਹੋ ਕੇ, ਸਾਰਿਆਂ ਦੀ ਤਿਆਰੀ ਹੈ, ਫੁੱਲ ਤਿਆਰੀ ਆ। ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਸਾਡੇ ਹੈਗੇ ਨੇ, ਅੱਗੇ 10 ਸਰਦਾਰ ਚਲੇ ਜਾਂਦੇ ਨੇ, 10 ਆ ਜਾਂਦੇ ਨੇ ਅਤੇ ਸਾਰੇ ਤਿਆਰ ਨੇ, ਬੀਬੀਆਂ ਸਾਂਭ ਲੈਣਗੀਆਂ? ਨਹੀਂ, ਉਹ ਜਾਣਗੇ ਤਾਂ ਬੀਬੀਆਂ ਸਾਂਭ ਲੈਣਗੇ ਗੱਲ ਖੇਤੀਬਾੜੀ ਦਾ ਕੰਮ।